ਹਾਂਜੀ ਦੋਸਤੋ ਮੈਂ ترਸੀਮ ਸਿੰਘ ਮਠਾਰਾ ਦੇ ਨਾਲ ਪੰਜਾਬ ਨੂੰ ਚੈਨਲ ਦੀਆਂ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਤੇ ਇਸ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਦੀਆਂ ਖਬਰਾਂ ਨੂੰ ਸ਼ੁਰੂ ਕਰਦੇ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੂਣਵੀਆਂ ਖਬਰਾਂ ਤੇ ਪਹਿਲੀ ਖਬਰ ਹੈ ਜੀ ਕਿ ਮੋਦੀ ਦਾ ਬਿਆਨ ਕਿਸਾਨਾਂ ਨਾਲ ਗੱਲਬਾਤ ਵਿੱਚ ਵੱਡਾ ਅੜਿੱਕਾ ਪੰਜਾਬ ਦੇ ਇਸ ਪਿੰਡ ਦਾ ਖੇਤੀ ਕਾਨੂੰਨ ਖਿਲਾਫ ਸਖਤ ਫੈਸਲਾ ਲੋਕਾਂ ਨੇ ਇਕੱਠਨੇ ਕੀਤਾ ਵੱਡਾ ਐਲਾਨ ਖੇਤੀ ਆਰਡੀਨੈਂਸਾਂ ਤੇ ਕਿਸਾਨਾਂ ਦੀ ਬਕਾਬਤ ਨਾਲ ਭਾਜ-ਪਾਚ ਮੱਚੀ ਪਾਜੜ 15 ਅਕਤੂਬਰ ਤੋਂ ਇਨ੍ਹਾਂ ਸ਼ਰਤਾਂ ਦੇ ਆਧਾਰ 'ਤੇ ਖੁੱਲਣਗੇ ਸਕੂਲ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖਾਲੀ ਕਰਨ ਦਾ ਹੁਕਮਨਾਮਾ ਜਾਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਨਾਰਾ ਟਵਿੱਟਰ ਤੇ ਛੇੜੀ ਸਿਆਸੀ ਜੰਗ ਅਮਰੀਕਾ ਜਿਹੜੇ ਹਸਪਤਾਲਾਂ 'ਚ ਚੱਲ ਰਿਹਾ ਹੈ 트ੰਪ ਦਾ ਇਲਾਜ ਉੱਥੇ ਮਿਲਿਆ ਸ਼ੱਕੀ ਬੈਗ ਨਵਜੋਤ ਸਿੱਧੂ ਨੇ 1.5 ਸਾਲ ਮਗਰੋਂ ਸਟੇਜ ਤੇ ਚੜ੍ਹਦੇ ਹੀ ਪਾਇਆ ਖਿਲਾਰਾ ਕਾਂਗਰਸੀਆਂ ਦੇ ਬਦਲੇ ਤੇਵਰ ਅਟਲ ਟਨਲ ਤੋਂ ਨਹੀਂ ਲੰਘਣਗੇ ਡੀਜ਼ਲ ਤੇ ਪੈਟਰੋਲ ਦੇ ਟੈਂਕਰ 1000 ਚਲਾਣੀਆਂ ਤੇ ਸਥਾਨਕ ਲੋਕਾਂ ਦੇਖੀ ਟਨਲ ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ ਉਮੀਦਵਾਰਾਂ ਦੇ ਨਾਮ ਤੇ ਲੱਗ ਸਕਦੀ ਹੈ ਮੋਹਰ ਖੇਤੀ ਕਾਨੂੰਨਾਂ ਖਿਲਾਫ ਬੈਲਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ ਇੱਕ ਦਿਨ ਵਿਸ਼ੇਸ਼ ਸੈਸ਼ਨ ਸਦਨ ਦੀ ਤਿਆਰੀ ਪੰਜਾਬ ਤੋਂ ਕੈਨੇਡਾ ਦੇ ਕਿਸਾਨਾਂ ਨੇ ਮੋਦੀ ਦੇ ਕਾਲੇ ਕਾਨੂੰਨਾਂ ਵਿਰੋਧ ਕੀਤਾ ਰੋਜ਼ ਪ੍ਰਗਟ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਪੰਜਾਬ ਵਿੱਚ ਡਿੱਗਣ ਲੱਗਾ ਕਰੋਨਾ ਮਰੀਜ਼ਾਂ ਦਾ ਅੰਕੜਾ ਐਤਵਾਰ ਨੂੰ ਸਭ ਤੋਂ ਘੱਟ 872 ਮਰੀਜ਼ ਇਨਫੈਕਟਡ ਤਾਂ ਦੋਸਤੋ ਇਸੇ ਗਿਣ ਆਪਣੀ ਸਮੇਂ ਦੀਆਂ ਚੌਥੀਆਂ ਖਬਰਾਂ ਤੇ ਇਸੇ ਨਾਲ ਹੀ ਗੱਲਬਾਤ ਕਰਦੇ ਆ ਜੀ ਪਹਿਲੇ ਵੱਡੀ ਖਬਰ ਦੀ ਕਿ ਮੋਦੀ ਦਾ ਬਿਆਨ ਕਿਸਾਨਾਂ ਨਾਲ ਗੱਲਬਾਤ ਚ ਵੱਡਾ ਅੜਿੱਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਤਵਾਰ ਰੇਲਵੇ ਟ੍ਰੈਕ ਦੇਵੀदासਪੁਰਾ ਤੇ ਆਰਐਸਐਸ ਦੇ ਮੁਖੀ ਮੋਹਨ ਭਗਵਤ ਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤੇ ਮੋਦੀ ਸਰਕਾਰ ਦਾ ਪੁਤਲਾ ਫੂਕੇ ਨਾਰੇਬਾਜੀ ਕਰਦਿਆ ਪ੍ਰਧਾਨ ਮੰਤਰੀ ਮੋਦੀ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਦੀ ਸਖਤ ਨਿੰਦਾ ਕੀਤੀ ਰੇਲ ਰੋਕੋ ਅੰਦੋਲਨ ਐਤਵਾਰ 11ਵੇਂ ਦਿਨ ਵਿੱਚ ਦਾਖਲ ਹੋ ਗਿਆ ਤੇ ਸਾਂਝੇ ਅੰਦੋਲਨ ਨੂੰ ਸਮਰਪਿਤ ਚੌਥੇ ਦਿਨ ਵਿੱਚ ਦਾਖਲ ਹੋਣ ਤੇ ਕਿਸਾਨ ਆਗੂਆਂ ਨੇ 6 ਅਕਤੂਬਰ ਨੂੰ ਹਰਿਆਣਾ ਦੀਆਂ 17 ਜਥੇਬੰਦੀਆਂ ਤੇ 14 ਅਕਤੂਬਰ ਦੇ ਦੇਸ਼ ਵਿਆਪੀ ਅੰਦੋਲਨ ਦਾ ਪੂਰਾ ਸਮਰਥਨ ਸ਼ੰਭੂ ਬਾਰਡਰ ਦੇ ਮੋਰਚੇ ਦੇ ਹਮਾਇਤ ਕਰਦਾ ਰੇਲਵੇ ਟ੍ਰੈਕ ਦੇਵੀਦਾਸਪੁਰਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਜੂਬਾ ਜਨਰਲ ਸਕੱਤਰ ਅ ਸਰਮਤ ਸਿੰਘ ਮੰਧੇਰ ਸੁਖਵਿੰਦਰ ਸਿੰਘ ਸਭਰਾ ਗੁਰਬਾਜਨ ਸਿੰਘ ਚੱਬਾ ਲਖਵਿੰਦਰ ਸਿੰਘ ਬਰੀਆਮ ਨਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਖੇਤੀ ਸੁਧਾਰ ਬਿਹਲੇ ਦੇਸ਼ ਦੇ ਹਿੱਤਾਂ ਵਿੱਚ ਫੈਸਲੇ ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਵਿੱਚ ਇੱਕ ਵੱਡਾ ਅੜਿਕਾ ਸਾਬਤ ਹੋ ਰਹੇ ਨੇ ਪੰਜਾਬ ਦੇ ਇਸ ਪਿੰਡ ਦਾ ਖੇਤੀ ਕਾਨੂੰਨ ਖਿਲਾਫ ਸਖਤ ਫੈਸਲਾ ਲੋਕਾਂ ਨੇ ਇਕੱਠਨੇ ਕੀਤਾ ਵੱਡਾ ਐਲਾਨ ਗਿੱਦੜਬਾਹ ਦੇ ਪਿੰਡ ਗੁਰੂਸਰ ਦੇ ਵਾਸੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਵੱਡਾ ਐਲਾਨ ਕਰਦਿਆ ਮਤਾ ਪਾ ਕੇ ਹਰ ਘਰ ਅੱਗੇ ਪੋਸਟਰ ਲਾ ਦਿੱਤੇ ਕਿ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕੋਈ ਵੀ ਸ਼ਿਆਸੀ ਆਗੂ ਉਹਨਾਂ ਦੇ ਪਿੰਡ ਵਿੱਚ ਜਾਂ ਘਰ ਵਿੱਚ ਨਾ ਆਵੇ ਇਸ ਤੋਂ ਇਲਾਵਾ ਘਰਾਂ ਤੇ ਕਿਸਾਨੀ ਝੰਡੇ ਲਗਾ ਦਿੱਤੇ ਗਏ ਨੇ ਅਗਲੀ ਵਾਰ ਦੀ ਖਬਰ ਕਿ ਖੇਤੀ ਆਰਡੀਨੇਸਾਂ ਦੇ ਕਿਸਾਨਾਂ ਦੀ ਬਗਾਵਤ ਨਾਲ ਪਾਜਪਾ ਵਿੱਚ ਮੱਚੀ ਭਾਜੜ ਖੇਤੀ ਆਰਡੀਨਾਂ ਸਾਤੇ ਕਿਸਾਨਾਂ ਦੀ ਬਗਾਵਤ ਨਾਲ ਭਾਜਪਾ ਵਿੱਚ ਭਾਜੜ ਜਿਹੀ ਮਚ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੂੰ ਨਹੀਂ ਪਤਾ ਕਿ ਕਿਸਾਨ ਕਿੰਨਾ ਹਾਲਾਤਾਂ ਵਿੱਚ ਕੰਮ ਕਰਦਾ ਹੈ ਇਹ ਲੋਕ ਕਿਸਾਨਾਂ ਤੇ ਆਰਥਿਕ ਦਾ ਰਿਸ਼ਤਾ ਤੋੜਨ ਦਾ ਕੰਮ ਕਰ ਰਹੇ ਤੇ ਪੰਜਾਬ ਦੇਸ਼ ਦੀ ਕੁੱਲ ਧਰਤੀ ਦਾ 2% ਹਿੱਸਾ ਹੈ ਪਰ ਦੇਸ਼ ਦੇ ਖੁਰਾਕ ਭੰਡਾਰ ਵਿੱਚ ਕਿਸਾਨਾਂ ਦਾ ਅੰਦੋਲਨ ਦੇਖ ਕੇ ਭਾਜਪਾ ਵਿੱਚ ਭਾਜੜ ਜਿਹੀ ਮਚ ਗਈ ਹੈ ਤੇ ਹੁਣ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਕਿ ਇੱਕ ਸਾ ਜਿਹੜੀ ਹੁਣ ਕਿ ਸਰਕਾਰ ਸੁਭਾਗ ਗੱਲ ਕਰੇਗੀ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਸਾਰੇ ਦੇਸ਼ ਅਤੇ ਕਿਸਾਨਾਂ ਨੂੰ ਇਕਜੁੱਟ ਕਰਨ ਅਸੀਂ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਦੇ ਨਾਲ ਹਾਂ ਕਿਉਂਕਿ ਜਦੋਂ ਤੱਕ ਕਿਸਾਨ ਅਤੇ ਵਿਰੋਧੀ ਧਿਰ ਇਕਜੁੱਟ ਨਹੀਂ ਹੋਣਗੇ ਤਾਂ ਦਿੱਲੀ ਦੀ ਸਰਕਾਰ ਇਸ ਕਾਨੂੰਨ ਵਿੱਚ ਤਬਦੀਲੀ ਨਹੀਂ ਕਰੇਗੀ ਅਗਲੀ ਵੱਡੀ ਖਬਰ ਕਿ 15 ਅਕਤੂਬਰ ਤੋਂ ਇਹਨਾਂ ਸ਼ਰਤਾਂ ਦੇ ਆਧਾਰ ਉੱਤੇ ਖੁੱਲਣਗੇ ਸਕੂਲ ਕੇਂਦਰ ਸਰਕਾਰ ਵੱਲ ਹਰੀ ਝੰਡੀ ਮਿਲਣ ਦੇ ਨਾਲ ਹੁਣ 15 ਅਕਤੂਬਰ ਤੋਂ ਬਾਅਦ ਸਕੂਲ ਖੋਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਸਕੂਲ ਪੜਾਅਵਰ ਖੋਲ ਦਿੱਤੇ ਜਾਣਗੇ ਤੇ 21 ਸਤੰਬਰ ਤੋਂ ਕਰੋਨਾ ਮਹਾਮਾਰੀ ਦੇ ਵਿੱਚ ਕਦ ਜਿੱਥੇ ਰਾਜਾਂ ਨੂੰ 9ਵੀਂ ਤੋਂ 12ਵੀਂ ਕਲਾਸ ਤੱਕ ਸਕੂਲ ਖੋਲਣ ਦੀ ਆਗਿਆ ਸੀ ਪਰ ਹੁਣ ਸਾਰੇ ਸਕੂਲ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ ਧਿਆਨ ਲਓ ਕਿ ਪੰਜਵੇਂ ਤਇ ਤੱਕ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਹਾਲਾਂਕਿ ਕੇਂਦਰ ਨੇ ਸਕੂਲ ਖੋਲਣ ਦਾ ਫੈਸਲਾ ਸੂਬਾ ਸਰਕਾਰਾਂ ਤੇ ਛੱਡ ਦਿੱਤਾ ਪਰ ਸਿੱਖਿਆ ਮੰਤਰਾਲੇ ਨੇ ਸਕੂਲ ਦੇ ਉੱਚ ਵਿਦਿਆ ਅਦਾਰੇ ਖੋਲਣ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਸਕੂਲ ਖੋਲਣ ਲਈ ਮਾਪਦੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ ਅਗਲੀ ਵੱਡੀ ਖਬਰ ਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਈਸ਼ ਖਾਲੀ ਕਰਨ ਦਾ ਹੁਕਮਨਾਮਾ ਜਾਰੀ ਤਖਤਸ਼ਰੀ ਹਰਮੰਦਰ ਸਾਹਿਬ ਦੀ ਪਟਨਾ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਚ ਪੰਜ ਪਿਆਰਾਂ ਨੇ ਐਤਵਾਰ ਨੂੰ ਅਹਿਮ ਅਜੰਸੀ ਬੈਠਕ ਕਰਕੇ ਸਾਬਕਾ ਜਥੇਦਾਰ ਗਿਆਨੀ ਇੱਕ ਬਾਸੰਗ ਨੂੰ ਰਿਹਾਇਸ਼ ਖਾਲੀ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਪੰਜ ਪਿਆਰਿਆਂ ਨੇ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਾਬਕਾ ਜਥੇਦਾਰ ਨੂੰ ਮਾਨ ਸਨਮਾਨ ਨਾਲ ਵਿਦਾਇਗੀ ਦਿੱਤੀ ਜਾਵੇ ਬੈਠਕ ਦੀ ਪ੍ਰਧਾਨਗੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਏ ਮਸਕੀਨ ਨੇ ਕੀਤੀ ਅਗਲੀ ਵੱਡੀ ਖਬਰ ਕਿ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਨਾ ਟਵਿੱਟਰ ਤੇ ਛੇੜੀ 86 ਜੰਗ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਦੇ ਖੇਤੀ ਬਿਲਾ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਨਾਰਾ ਮਾਰਤ ਇਸ ਦਿਨ ਨਾਲ ਹੀ ਟਵਿੱਟਰ ਤੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਖਿਲਾਫ 86 ਝੰਗ ਜਿਹੀ ਛੇੜ ਦਿੱਤੀ ਹੈ ਕਿਸਾਨਾਂ ਦੇ ਮੁੱਦੇ ਤੇ ਭਗਵੰਤ ਮਾਨ ਨੇ ਤਿੰਨ 86 ਪਾਰਟੀਆਂ ਨੂੰ ਘੇਰਿਆ ਤੇ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਕਾਂਗਰਸ ਦੀ ਨਜ਼ਰ ਟਰੈਕਟਰ ਤੇ ਭਾਜਪਾ ਦੀ ਨਜ਼ਰ ਟਰੈਕਟਰ ਤੇ ਅਕਾਲੀ ਦਲ ਦੀ ਨਜ਼ਰ ਟਰੈਕਟਰ ਤੇ ਕਿਸਾਨਾਂ ਦੀ ਨਜ਼ਰ ਇਹਨਾਂ ਦੇ ਦੋਗਲੇ ਕੈਰੇਕਟਰ ਤੇ ਇਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਹੋ ਟਵੀਟ ਕੀਤਾ ਜਿਸ ਚ ਉਹਨਾਂ ਦੇ ਪ੍ਰਧਾਨ ਮੰਤਰੀ ਮੋਦੀ ਦੇ ਅਟਲ ਟਨਲ ਦਾ ਉਦਘਾਟਨ ਕਰਨ ਮੌਕੇ ਦੀ ਤਸਵੀਰਾਂ ਜੀ ਕਿਦੀ ਤੇ ਕਿਹਾ ਦੇਸ਼ ਰੰਗਾ ਹੈ ਵਿਰੋਧ ਕੇ ਰੰਗ ਮੇ ਲੋਕ ਸੜਕ ਪਰ ਪ੍ਰਦਾਨ ਸੇਵਕ ਸੁਰੰਗ ਮੇ ਤਾਂ ਦੋਸਤੋ ਇਹ ਜਿਹੜੇ ਟਵੀਟ ਕੀਤੇ ਗਏ ਆ ਭਗਵੰਤ ਮਾਨ ਵੱਲੋਂ ਉਹਨਾਂ ਦੇ ਸੋਸ਼ਲ ਅਕਾਊਂਟ ਤੇ ਕੀਤੇ ਗਏ ਨੇ ਅਗਲੀ ਵੱਡੀ ਖਬਰ ਕਿ ਅਮਰੀਕਾ ਜਿਹੜੇ ਹਸਪਤਾਲਾਂ ਚ ਚੱਲ ਰਿਹਾ ਹੈ 트ੰਪ ਦਾ ਇਲਾਜ ਉਥੇ ਮਿਲਿਆ ਸ਼ੱਕੀ ਬੈਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦਾ ਜਿਹੜੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਉਸ ਦੇ ਬਾਹਰ ਸ਼ੱਕੀ ਪੈਕੇਟ ਮਿਲਣ ਨਾਲ ਹਫੜਾ ਦਫੜੀ ਮਚ ਗਈ ਹੈ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਬਾਹਰ ਛੱਕੀ ਪੈਕਟ ਮਿਲਿਆ ਬੰਬ ਡਿਸਪੋਜ਼ਲ ਸਕਾ ਸਕਾਵਡ ਬੈਗ ਦੀ ਜਾਂਚ ਵਿੱਚ ਝੋਟਿਆ ਹੋਇਆ ਫਿਲਹਾਲ ਟਰੰਪ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਤਬੀਅਤ ਵਿੱਚ ਕਾਫੀ ਸੁਧਾਰ ਆ ਚੁੱਕਿਆ ਹੈ ਤੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਡਾਕਟਰ ਕਾਨਲੇ ਨੇ ਦੱਸਿਆ ਕਿ ਟਰੰਪ ਨੂੰ ਵੀਰਵਾਰ ਨੂੰ ਹਲਕੀ ਖੰਗ ਸੀ ਅਤੇ ਨੱਕ ਜਾਮ ਸੀ ਉਹਨਾਂ ਨੂੰ ਕੁਝ ਥਕਾਵਟ ਵੀ ਸੀ ਪਰ ਹੁਣ ਉਹਨਾਂ ਦੀ ਹਾਲਤ ਵਿੱਚ ਬਹੁਤ ਸੁਧਾਰ ਹੋ ਗਿਆ ਹੈ ਅਗਲੀ ਵੱਡੀ ਖਬਰ ਕਿ ਨਵਜੋਤ ਸਿੱਧੂ ਨੇ ਡੇਢ ਸਾਲ ਮਗਰੋਂ ਸਟੇਜ ਤੇ ਚੜ੍ਹਦੇ ਹੀ ਪਾਇਆ ਖਲਾਰਾ ਕਾਂਗਰਸੀਆਂ ਦੇ ਬਦਲੇ ਤੇਵਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਕਰੀਬ ਡੇਢ ਸਾਲ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਤੇ ਸਟੇਜ ਸਾਂਝੀ ਕਰਦੇ ਨਜ਼ਰ ਆਏ ਤਾਂ ਸਿੱਧੂ ਬਦਨੀ ਕਲਾਚ ਸਟੇਜ ਤੋਂ ਖੂਬ ਗਰਜੇ ਤੇ ਇਥੋਂ ਤੱਕ ਕਿ ਸਿੱਧੂ ਨੇ ਕੈਬਨਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਹੁਣ ਬੋਲ ਲੈਂਦੇ ਹੋ ਪਹਿਲਾਂ ਬਿਠਾ ਹੀ ਰੱਖਿਆ ਸੀ ਇਨੇ ਚਿਰ ਬਾਅਦ ਕਾ ਸਰਗਰਮ ਹੋਏ ਸਿੱਧੂ ਮੋਗਾ ਚ ਦਾ ਸ਼ਾਗੇ ਪਰ ਪਟਿਆਲਾ ਪਹੁੰਚੇ ਤੋਂ ਪਹਿਲਾਂ ਹੀ ਫਿੱਕੇ ਪੈ ਗਏ ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਮਿਹਰਬਾਨੀ ਸਰਕਾ ਉਹ ਲੰਬੇ ਸਮੇਂ ਮਗਰੋਂ ਕਾਂਗਰਸ ਦੀ ਸਟੇਜ ਤੇ ਗੱਜਦੇ ਨਜ਼ਰ ਆਏ ਪਰ ਸਿੱਧੂ ਵੱਲੋਂ ਅਸੱਦੇ ਤੌਰ ਤੇ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਅਗਲੀ ਵੱਡੀ ਖਬਰ ਕਿ ਅਟਲ ਟਨਲ ਤੋਂ ਨਹੀਂ ਲੰਘਣਗੇ ਡੀਜ਼ਲ ਤੇ ਪੈਟਰੋਲ ਦੇ ਟੈਂਕਰ 1000 ਸਲਾਨੀਆਂ ਤੇ ਸਥਾਨਕ ਲੋਕਾਂ ਦੇਖੀ ਟਨਲ ਅਟਲ ਟਨਾਲਾ ਰੋਹਤਾਂਗ ਤੋਂ ਡੀਜ਼ਲ ਅਤੇ ਪੈਟਰੋਲ ਨਾਲ ਭਰੇ ਟੈਂਕਰ ਅਤੇ ਗੈਸ ਸਿਲੰਡਰਾਂ ਦੀਆਂ ਗੱਡੀਆਂ ਨੂੰ ਬਿਨਾਂ ਇਜਾਜ਼ਤ ਦਾਖਲ ਨਹੀਂ ਹੁੰਦਾ ਜਾਵੇਗਾ ਹੰਗਾਮੀ ਸਥਿਤੀ ਵਿੱਚ ਸੀਮਾ ਸ਼ਰਕਾ ਸੰਗਠਨ ਦੀ ਇਜਾਜ਼ਤ ਪੇਛੋ ਹੀ ਇਹਨਾਂ ਇਹਨਾਂ ਦੀ ਆਵਾਜਾਈ ਸੰਭਵ ਹੋ ਸਕੇਗੀ ਤੇ ਇਹਨਾਂ ਟੈਂਕਰਾਂ ਨੂੰ ਪਹਿਲੇ ਦੀ ਤਰ੍ਹਾਂ ਹੀ ਰੋਹਤਾਂਗ ਤੋਂ ਲੰਘਣਾ ਪਵੇਗਾ ਤੇ B R O ਇਸ ਲਈ ਜਲਦੀ ਹੀ ਦੇਸ਼ ਨਿਰਦੇਸ਼ ਜਾਰੀ ਕਰੇਗਾ ਤੇ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨ ਵਾਲਾਂ ਤੇ ਕਾਰਵਾਈ ਹੋਵੇਗੀ ਤੇ ਅਟਲ ਟਨਾਲਾ ਅੰਦਰ ਵਾਹਨਾਂ ਨੂੰ ਰੋਕਣ ਦੀ ਮਨਾਹੀ ਹੋਵੇਗੀ ਅਗਲੀ ਵੱਡੀ ਖਬਰ ਕਿ ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ ਉਮੀਦਵਾਰਾਂ ਦੇ ਨਾਮ ਤੇ ਲੱਗ ਸਕਦੀ ਹੈ ਮੋਰ ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਕਾਂਗਰਸ ਅੱਜ ਕੇਂਦਰੀ ਚੋਣ ਕਮੇਟੀ ਦੀ ਬੈਠਕ ਕਰੇਗੀ ਕਾਂਗਰਸ ਦੀ ਇਸ ਮੀਟਿੰਗ ਵਿੱਚ ਪਹਿਲੇ ਪੜਾ ਤੇ ਉਮੀਦਵਾਰਾਂ ਦੇ ਨਾਵਾਂ ਉੱਤੇ ਮੋਹਰ ਲਗਾਈ ਜਾ ਸਕਦੀ ਹੈ ਕਾਂਗਰਸ ਦੀ ਇਹ ਬੈਠਕ ਸ਼ਾਮ 4 ਵਜੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਹਾਇਸ਼ ਤੇ ਹੋਵੇਗੀ ਤੇ ਦੱਸ ਦਈਏ ਕਿ ਕਾਂਗਰਸ ਬਿਹਾਰ ਵਿੱਚ ਮਹਾਗਠਬੰਧਨ ਦੇ ਨਾਲ ਹੈ ਤੇ ਮਹਾਗਠਬੰਧਨ ਦੇ ਸ਼ਨੀਵਾਰ ਨੂੰ ਹੀ ਸੀਟ ਵੰਟਵਾਰੇ ਦਾ ਐਲਾਨ ਕੀਤਾ ਹੈ ਅਗਲੀ ਵੱਡੀ ਖਬਰ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਬੈਲ ਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ ਇੱਕ ਦਿਨ ਵਿਸ਼ੇਸ਼ ਸੈਸ਼ਨ ਸਦਨ ਦੀ ਤਿਆਰੀ ਮੋਦੀ ਸਰਕਾਰ ਨੇ ਕਿਸਾਨ ਕਾਨੂੰਨਾਂ ਦਾ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਵਿਰੋਧ ਕੀਤਾ ਤੇ ਪੰਜਾਬ ਤੇ ਹਰਿਆਣਾ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਜਿਹੇ ਚ ਖਬਰ ਹੈ ਕਿ ਕਾਂਗਰਸ ਸ਼ਾਸਤ ਸੂਬਿਆਂ ਚ ਇਨ੍ਹਾਂ ਕਾਨੂੰਨਾਂ ਖਿਲਾਫ ਬੈਲ ਪੇਸ਼ ਕੀਤੇ ਜਾ ਸਕਦੇ ਨੇ ਇਸ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਨਾਲ ਸੰਬੰਧ ਇੱਕ ਡਰਾਫਟ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਨੇ ਆਪਣੇ ਸੂਬਿਆਂ ਨੂੰ ਭੇਜ ਦਿੱਤਾ ਹੈ ਤੇ ਇਸ ਡਰਾਫਟ ਚ ਦੋ ਪ੍ਰਬੰਧ ਵਿਸ਼ੇਸ਼ ਰੂਪ ਵਿੱਚ ਜੋੜੇ ਗਏ ਨੇ ਪਹਿਲਾ ਹੈ ਕੇਂਦਰ ਦਾ ਕਾਨੂੰਨ ਕਦੋਂ ਤੋਂ ਸੂਬੇ ਚ ਲਾਗੂ ਹੋਵੇਗਾ ਇਸ ਨੂੰ ਤਿਆਰ ਕਰਨ ਦਾ ਪੂਰਾ ਅਧਿਕਾਰ ਸੂਬਾ ਸਰਕਾਰ ਕੋਲ ਹੋਵੇਗਾ ਦੂਜਾ ਪ੍ਰਬੰਧ ਕੇਂਦਰ ਦੇ ਬਿੱਲ ਵਿੱਚ ਮੌਜੂਦਾ ਕੰਟਰੈਕਟ ਫਾਰਮਿੰਗ ਨੂੰ ਲਾਗੂ ਨਾ ਕਰਨ ਸੰਬੰਧੀ ਹੈ ਅਗਲੀ ਵੱਡੀ ਖਬਰ ਕਿ ਪੰਜਾਬ ਤੋਂ ਕੈਨੇਡਾ ਦੇ ਕਿਸਾਨਾਂ ਨੇ ਮੋਦੀ ਦੇ ਕਾਲੇ ਕਾਨੂੰਨਾਂ ਵਿਰੋਧ ਕੀਤਾ ਰੋਸ ਪ੍ਰਗਟ ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕੀਤਾ ਜਾ ਰਿਹਾ ਉੱਥੇ ਪੰਜਾਬ ਤੋਂ ਕੈਨੇਡਾ ਦੇ ਕਿਸਾਨਾਂ ਦੇ ਪੁੱਤਾਂ ਵੱਲੋਂ ਕੈਨੇਡਾ ਵਿੱਚ ਵੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕੈਨੇਡਾ ਵਿੱਚ ਵੱਖ-ਵੱਖ ਥਾਵਾਂ ਤੇ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਆਪਣੀਆਂ ਲਗਜ਼ਰੀ ਕਾਰਾਂ ਅਤੇ ਮੋਟਰਸਾਈਕਲਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਰੈਲੀ ਕੱਢੀ ਗਈ ਅਤੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਬੋਲਦੇ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਹਸਾ ਲੈਣਗੇ ਉਹਨਾਂ ਇਹ ਵੀ ਕਿਹਾ ਕਿ ਇਸ ਸੰਘਰਸ਼ ਵਿੱਚ ਉਹ ਪੰਜਾਬ ਦੇ ਕਿਸਾਨਾਂ ਦੇ ਪੂਰੀ ਤਰ੍ਹਾਂ ਨਾਲ ਨੇ ਤੇ ਉਹ ਕਿਸਾਨਾਂ ਦੀ ਇਸ ਸੰਘਰਸ਼ ਵਿੱਚ ਹਰ ਤਰੀਕੇ ਨਾਲ ਮਦਦ ਕਰਨਗੇ ਅਗਲੀ ਵੱਡੀ ਖਬਰ ਹੈ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨਾਂ ਬਾਅਦ ਪੰਜਾਬ ਦੇ ਦੌਰੇ ਤੇ ਹਨ ਅਤੇ ਅੱਜ ਯਾਨੀ ਕਿ ਸੋਮਵਾਰ ਰਾਹੁਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਤੇ ਅੱਜ ਦੇ ਦਿਨ ਦਾ ਕਾਂਗਰਸ ਦਾ ਰੋਡ ਮੈਪ ਇਸ ਤਰ੍ਹਾਂ ਦਾ ਰਹੇਗਾ 5 ਅਕਤੂਬਰ ਨੂੰ ਹੋਣ ਵਾਲੀ ਕਾਂਗਰਸ ਰੈਲੀ ਦੀ ਸ਼ੁਰੂਆਤ ਸੰਗਰੂਰ ਤੋਂ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਥੇ 12 ਵਜੇ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਦੁਪਹਿਰ 1 ਵਜੇ ਭਵਾਨੀਗੜ੍ਹ ਤੋਂ ਸਮਾਣਾ ਤੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਗਲੀ ਵੱਡੀ ਖਬਰ ਕਿ ਪੰਜਾਬ ਵਿੱਚ ਡਿੱਗਣ ਲੱਗਾ ਕਰੋਨਾ ਮਰੀਜ਼ਾਂ ਦਾ ਅੰਕੜਾ ਐਤਵਨ ਸਾਬਤ ਤੋਂ ਘੱਟ 872 ਮਰੀਜ਼ ਇਨਫੈਕਟਿਡ ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਲਗਾਤਾਰ ਘਟ ਰਹੀ ਹੈ ਤੇ ਐਤਵਾਰ ਨੂੰ ਵੀ ਇਹ سلسلہ جاری ਹੈ ਨਾਲ ਇਸ ਦਿਨ ਸਭ ਤੋਂ ਘੱਟ 872 ਮਰੀਜ਼ਾਂ ਇਨਫੈਕਟਡ ਪਾਏ ਗਏ ਤੇ ਰਾਹ ਦੀ ਗੱਲ ਇਹ ਹੈ ਕਿ ਇਹ ਅੰਕੜਾ ਪਿਛਲੇ 53 ਦਿਨਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ ਇਸ ਤੋਂ ਪਹਿਲੇ 11 ਅਗਸਤ ਨੂੰ 845 ਲੋਕ ਕਰੋਨਾ ਇਨਫੈਕਟਡ ਪਾਏ ਗਏ ਸਨ ਇਸ ਤੋਂ ਬਾਅਦ ਸੂਬੇ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ ਸਤੰਬਰ ਮਹੀਨੇ ਵਿੱਚ ਕਰੋਨਾ ਆਪਣੇ ਸਿਖਰ ਤੇ ਪਹੁੰਚ ਗਿਆ ਸੀ ਜੋ ਕਿ ਹੁਣ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ ਆ ਦੋਸਤੋ ਇਹ ਸੀ ਕਿ ਆਪਣੀਆਂ ਦੁਪਹਿਰ ਦੀਆਂ ਖਬਰਾਂ ਸਾਡੇ ਦੌਰ ਦੀ ਜਾਣਕਾਰੀ ਤੁਹਾਨੂੰ ਕਿਦਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਆ ਜਾਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਦੁਪਹਿਰ ਦੀਆਂ ਖਬਰਾਂ ਨਾਲ ਹੁਣ ਦੇ ਲਈ ਇੰਨਾ ਹੀ ਧੰਨਵਾਦ